ਅੱਜ ਦਾ ਜਿਹੜਾ ਵਲੋਗ ਹੈ ਵੀਰੋ ਇਹ ਹੋਣ ਵਾਲਾ ਆਪਣਾ ਟਰੈਕਟਰ ਦੇ ਇੰਜਨ ਰੇਟਿਡ RPM ਤੇ ਜਿੰਨੇ ਵੀ ਆਪਾਂ ਵਲੋਗ ਬਣਾਏ ਆ ਅੱਜ ਤੱਕ ਮੈਨੂੰ ਲੱਗਦਾ ਸਾਰੇ ਟਰੈਕਟਰ ਆਪਾਂ ਉਹਦੇ ਵਿੱਚ ਕਵਰ ਕੀਤੇ ਆ, ਚਾਹੇ ਉਹ ਮਹਿੰਦਰਾ ਦੇ ਹੋਣ, ਕਰਤਾਰ ਦੇ ਹੋਣ, ਫਾਰਮ ਟਰੈਕ ਹੋਵੇ, ਸਵਰਾਜ ਹੋਵੇ, ਕੋਈ ਵੀ ਟਰੈਕਟਰ ਆਪਾਂ ਇਹੋ ਜਿਹਾ ਨਹੀਂ ਹੈ ਜਿਹੜਾ ਨਾ ਵੀਡੀਓ ਦੇ ਵਿੱਚ ਕਵਰ ਕੀਤਾ ਹੋਵੇ। ਪਰ ਇਹ ਜਿਹੜਾ ਵਲੋਗ ਹੈ ਇਹ ਹਟ ਕੇ ਹੋਣ ਲੱਗਿਆ ਇਸ ਟੋਪਿਕ ਤੋਂ। ਇਹਦਾ ਸਿੱਧਾ ਸਿੱਧਾ ਇੰਪੈਕਟ ਹੈ, ਜਿਹੜਾ ਸਿੱਧਾ ਸਿੱਧਾ ਪ੍ਰਭਾਵ ਹੈ ਜਿਹੜਾ ਉਹ ਪੈਣ ਵਾਲਾ ਟਰੈਕਟਰ ਦੀ ਐਵਰੇਜ ਦੇ ਉੱਤੇ, ਟਰੈਕਟਰ ਦੀ ਫਿਊਲ ਕੰਜਪਸ਼ਨ ਦੇ ਉੱਤੇ ਵੀ, ਫਿਊਲ ਕੰਜਪਸ਼ਨ ਇਹਦੀ ਟਰੈਕਟਰ ਦੀ ਹੈ ਜਿਹੜੀ ਉਹ ਕਿਸ ਚੀਜ਼ ਦੇ ਉੱਤੇ ਡਿਪੈਂਡ ਕਰਦੀ ਹੈ। ਤਾਂ ਟਾਈਮ ਨੂੰ ਵੇਸਟ ਨਾ ਕਰਦੇ ਹੋਏ ਵਲੋਗ ਕਰ ਲੈਂਦੇ ਜੀ ਸ਼ੁਰੂ। ਅੱਜ ਦਾ ਵਲੋਗ ਹੈ ਜਿਹੜਾ ਆਪਣਾ ਇਹ ਹੋਣ ਵਾਲਾ ਹੈ ਟਰੈਕਟਰ ਦੇ ਇੰਜਨ ਰੇਟਿਡ RPM ਦੇ ਉੱਤੇ। ਤਾਂ ਥੋੜ੍ਹੀ ਜਿਹੀ ਗੱਲ ਮੈਂ ਇਹਦੇ ਵਿੱਚ ਕਲੀਅਰ ਕਰ ਦਿੰਦਾ ਤੁਹਾਨੂੰ। ਤਾਂ ਜਿੰਨੇ ਵੀ ਟਰੈਕਟਰ ਮਹਿੰਦਰਾ ਦੇ ਇਸ ਸ਼ੋਅ ਦੇ ਵਿੱਚ ਦੇਖੋਗੇ ਤੁਸੀਂ, ਚਾਹੇ ਉਹ 265 ਹੈ, 575 ਹੈ, 585 ਹੈ, ਕੋਈ ਵੀ ਟਰੈਕਟਰ ਹੈ ਉਹ, ਤਾਂ ਆਪਣੇ ਜਿਹੜੇ ਬਜ਼ੁਰਗ ਸੀ ਉਹ ਮੇਸੀ ਕਨੀ, ਮਹਿੰਦਰਾ ਕਨੀ ਇੰਨਾ ਭੱਜ ਕੇ ਕਿਉਂ ਜਾਂਦੇ ਹੁੰਦੇ ਸੀ? ਤਾਂ ਉਹਦਾ ਸਿੱਧਾ ਸਿੱਧਾ ਜਿਹੜਾ ਸੰਬੰਧ ਹੈ ਉਹ ਟਰੈਕਟਰ ਦੇ ਇੰਜਨ ਰੇਟਿਡ RPM ਦੇ ਨਾਲ ਹੈ। ਇੰਜਨ ਰੇਟਿਡ RPM ਹੁੰਦਾ ਕੀ ਹੈ? ਸਿੰਪਲ ਭਾਸ਼ਾ ਦੇਸੀ ਸ਼ਬਦਾਂ 'ਚ ਮੈਂ ਤੁਹਾਨੂੰ ਸਮਝਾ ਦਿੰਦਾ ਵੀ ਕੋਈ ਇੰਜਨ ਮੰਨ ਕੇ ਚੱਲੋ ਵੀ ਆਪਾਂ ਨੇ ਤਿਆਰ ਕੀਤਾ, ਉਹਦਾ ਆਪਾਂ ਨੂੰ ਕੰਪਨੀ ਨੂੰ ਡਾਟਾ ਭੇਜਣਾ ਪੈਂਦਾ ਜਿੱਥੋਂ ਪਾਸ ਹੋ ਕੇ ਆਉਂਦਾ। ਮੰਨ ਲਓ ਟਰੈਕਟਰ ਆਪਣੇ ਪਾਸ ਹੋ ਕੇ ਆਉਂਦੇ ਆ ਬੁਧਨੀ ਤੋਂ, ਆਪਾਂ ਨੂੰ ਭੇਜਣਾ ਪੈਂਦਾ ਵੀ ਇੰਨੇ ਚੱਕਰਾਂ ਦਾ ਟਰੈਕਟਰ ਹੈ ਇਹ, ਇੰਨੇ ਚੱਕਰਾਂ ਦਾ ਇੰਜਨ ਹੈ ਇਹ, ਠੀਕ ਹੈ। ਚਾਹੇ ਕੋਈ ਜਨਰੇਟਰ ਦਾ ਇੰਜਨ ਹੋਵੇ, ਟਰੈਕਟਰ ਦਾ ਇੰਜਨ ਹੋਵੇ, ਜਿੱਥੋਂ ਪਾਸ ਹੋ ਕੇ ਆਉਂਦਾ ਉਹਨਾਂ ਨੂੰ ਡਿਟੇਲ ਭੇਜਣੀ ਪੈਂਦੀ ਹੈ ਵੀ ਇਹ ਲੋ ਰੇਟਿਡ ਇੰਜਨ ਹੈ ਜਾਂ ਹਾਈ ਰੇਟਿਡ ਇੰਜਨ ਹੈ, ਵੀ ਹਾਈ ਚੱਕਰਾਂ ਵਾਲਾ ਇੰਜਨ ਹੈ ਜਾਂ ਲੋ ਚੱਕਰਾਂ ਵਾਲਾ ਇੰਜਨ ਹੈ। ਤਾਂ ਸਿੰਪਲ ਦੇਸੀ ਭਾਸ਼ਾ ਜੇ ਕਿਹਾ ਜਾਵੇ, ਅਗਰ ਲੋ ਚੱਕਰਾਂ ਵਾਲਾ ਇੰਜਨ ਹੋਊਗਾ ਤਾਂ ਤੇਲ ਓਬੀਅਸਲੀ ਘੱਟ ਪੀਊਗਾ, ਅਗਰ ਹਾਈ ਚੱਕਰਾਂ ਵਾਲਾ ਇੰਜਨ ਹੋਊਗਾ ਤਾਂ ਓਬੀਅਸਲੀ ਗੱਲ ਹੈ ਵੀ ਉਹ ਤੇਲ ਓਨਾ ਹੀ ਜ਼ਿਆਦਾ ਪੀਊਗਾ। ਇਹਦਾ ਇੱਕ ਸਿੱਧਾ ਜਿਹਾ ਉਦਾਹਰਣ ਲੈ ਲੈਂਦੇ ਆਪਾਂ, ਜੌਨ ਡੀਅਰ ਜਿਹੜੀ ਕੰਪਨੀ ਹੈ ਉਹ ਪਹਿਲਾਂ ਕੰਮ ਕਰਦੀ ਸੀ 2400 ਚੱਕਰਾਂ 'ਤੇ। ਜੌਨ ਡੀਅਰ ਦੇ ਜਿੰਨੇ ਵੀ ਟਰੈਕਟਰ ਆਉਂਦੇ ਸੀ ਪਹਿਲਾਂ ਉਹ ਮੰਨ ਕੇ ਚਲੋ 2400 ਚੱਕਰਾਂ ਦੇ ਆਉਂਦੇ ਸੀ। ਜੌਨ ਡੀਅਰ ਦਾ ਇੱਕ ਬਦਨਾਮ ਹੋਣ ਦਾ ਕਾਰਨ ਵੀ ਇਹੀ ਸੀਗਾ ਵੀ ਉਹਦੇ ਟਰੈਕਟਰਾਂ ਨੂੰ ਇੱਕ ਮਤਲਬ ਕਿ ਆਪਣੇ ਜਿਹੜੇ ਇੰਪਲੀਮੈਂਟ ਪੈਂਦੇ ਸੀ ਪਿੱਛੇ ਉਹ ਲੋ ਰੇਟਿਡ ਇੰਪਲੀਮੈਂਟ ਸੀ, ਚਾਹੇ ਉਹਦੇ 'ਚ ਕੋਈ ਵੀ ਇੰਪਲੀਮੈਂਟ ਹੋਵੇ, ਅਤੇ ਜਿਹੜਾ ਟਰੈਕਟਰ ਸੀ ਉਹ ਹਾਈ ਰੇਟਿਡ ਸੀ। ਫਿਰ ਕੰਪਨੀ ਨੇ ਕੀ ਕੀਤਾ, ਕੰਪਨੀ ਨੇ ਜਿਹੜਾ ਟਰੈਕਟਰ ਹੈ ਉਹਨੂੰ ਲੋ ਰੇਟਿਡ 'ਚ ਕਨਵਰਟ ਕੀਤਾ। ਹੁਣ ਜਿਹੜਾ ਜੌਨ ਡੀਅਰ ਆ ਉਹ 2100 ਚੱਕਰਾਂ 'ਤੇ ਚੱਲਣ ਵਾਲਾ ਟਰੈਕਟਰ ਆਉਂਦਾ ਗਾ, ਤਾਂ ਹੀ ਹੁਣ ਜੌਨ ਡੀਅਰ ਦੀ ਪੋਪੂਲਰਿਟੀ ਹੈ ਜਿਹੜੀ ਉਹ ਇੰਨੀ ਜ਼ਿਆਦਾ ਵੱਧ ਰਹੀ ਹੈਗੀ, ਕਿਉਂਕਿ ਤੇਲ ਦਾ ਖਰਚਾ ਘਟਾਤਾ ਕੰਪਨੀ ਨੇ। ਜਿੱਥੇ ਤੇਲ ਦਾ ਖਰਚਾ ਘਟਾਤਾ ਉੱਥੇ ਹੀ ਉਹਦੇ ਮਤਲਬ ਕਿ PTO ਪਾਵਰ ਜਾਂ ਆਪਾਂ ਜਿਹੜੇ ਚੱਕਰ ਹੈ, ਜਿਹੜੇ ਇੰਪਲੀਮੈਂਟ ਹੈ, ਜਿਹੜੇ ਵੀ ਇੰਪਲੀਮੈਂਟ ਪਾਉਣੇ ਆ ਉਹਦੇ ਪਿੱਛੇ ਉਹਨਾਂ ਦੇ ਚੱਕਰ ਮਿਲਾਤੇ। ਤਾਂ ਇਹ ਸਭ ਤੋਂ ਵੱਡੀ ਗੱਲ ਹੈ ਵੀ ਕਿਹੜਾ ਦੇਸ਼ ਹੈ ਜਿੱਥੇ ਕਿਹੋ ਜਿਹੇ ਇੰਪਲੀਮੈਂਟ ਯੂਜ਼ ਹੁੰਦੇ ਆ। ਹੁਣ ਆਪਣੀ ਜਿਹੜੀ ਕੰਟਰੀ ਆ ਉੱਥੇ ਲੋ ਰੇਟਿਡ ਇੰਪਲੀਮੈਂਟ ਹੈ ਜਿਹੜੇ ਉਹ ਯੂਜ਼ ਹੁੰਦੇ ਆ। ਹੁਣ ਆਪਾਂ ਆ ਜਾਂਦੇ ਹਾਂ ਆਪਣੇ ਮੇਨ ਟੋਪਿਕ 'ਤੇ ਜਿਹੜਾ ਹੈਗਾ ਮਹਿੰਦਰਾ ਅਤੇ ਮੇਸੀ ਦਾ। ਦੇਖੋ ਮਹਿੰਦਰਾ ਦੇ ਜਿਹੜੇ ਮੈਂ ਟਰੈਕਟਰ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਹਟਿਆ 575 ਹੋ ਗਿਆ, 265 ਹੋ ਗਿਆ, 585 ਹੋ ਗਿਆ, ਇਹਨਾਂ ਦੇ ਵੱਲ ਜਾਣ ਦਾ ਆਪਣੇ ਬਜ਼ੁਰਗਾਂ ਦਾ ਲਾ ਲਓ, ਮਚਿਓਰ ਬੰਦਿਆਂ ਦਾ ਲਾ ਲਓ ਕੀ ਕਾਰਨ ਸੀ? ਕਿਉਂਕਿ ਇਹ ਜਿਹੜੇ ਟਰੈਕਟਰ ਸੀ ਇਹ ਮੰਨ ਕੇ ਚੱਲੋ
ਹੁਣ ਜਿਹੜਾ 575 ਇਸ ਟਾਈਮ 'ਤੇ ਆ ਰਿਹਾ ਇਹ 2000 ਰੇਟਿਡ ਆਰ ਪੀ ਐੱਮ ਹੈ, ਠੀਕ ਹੈ। ਇੱਕ ਯੂਓ ਸੀਰੀਜ਼ 'ਚ ਆ ਰਿਹਾ ਹੈਗਾ 585, ਉਹ 1900 ਰੇਟਿਡ ਆਰ ਪੀ ਐੱਮ ਹੈ, ਠੀਕ ਹੈ। ਤਾਂ ਇਹ ਜਿਹੜੇ ਟਰੈਕਟਰ ਹੈ ਇਹ ਮੰਨ ਕੇ ਚੱਲੋ ਵੀ ਲੋਅ ਰੇਟਿਡ ਦੀ ਕਾਊਂਟਿੰਗ 'ਚ ਹੀ ਆਉਂਦੇ ਆ, ਲੋਅ ਰੇਟਿਡ ਦੀ ਗਿਣਤੀ 'ਚ ਹੀ ਆਉਂਦੇ ਹੈਗੇ ਇਹ। ਅੱਛਾ, ਮੇਸੀ ਦੀ ਜੇ ਮੈਂ ਗੱਲ ਕਰ ਲਾਂ, ਮੇਸੀ ਜਿਹੜਾ ਟਰੈਕਟਰ ਹੈ ਮੇਸੀ 241 ਹੋ ਗਿਆ, 1035 ਹੋ ਗਿਆ। ਤੁਸੀਂ ਮੇਸੀ ਦਾ ਨਾ ਡਾਇਰੈਕਟ ਨੈੱਟ 'ਤੇ ਸਰਚ ਮਾਰ ਕੇ ਦੇਖਿਓ ਤਾਂ ਮੇਸੀ ਦੇ ਜਿਹੜੇ ਇੰਜਨ ਰੇਟਿਡ ਆਰ ਪੀ ਐੱਮ ਆਉਣਗੇ ਉਹ 1750 ਆਉਣਗੇ, 1750 ਜਾਂ 1800 ਲਾ ਲਓ ਤਾਂ ਲੋਅ ਰੇਟਿਡ ਆਰ ਪੀ ਐੱਮ 'ਚ ਹੀ ਆ ਜਾਂਦੇ ਆ। ਮੰਨ ਕੇ ਚੱਲੋ ਹੁਣ ਹਾਈ ਰੇਟਿਡ ਆਰ ਪੀ ਐੱਮ ਟਰੈਕਟਰ ਕਿਹੜੇ ਆ, ਜਿਨ੍ਹਾਂ ਦੇ ਚੱਕਰ 2200 ਹੋ ਗਏ, 2300 ਹੋ ਗਏ। ਕੁਬੋਟਾ ਹੋ ਗਿਆ, ਕੁਬੋਟਾ ਦੇ 2300 ਚੱਕਰ ਹੈ, ਠੀਕ ਹੈ। ਅੱਛਾ, ਹੋਰ ਕਿਹੜਾ ਟਰੈਕਟਰ ਹੈ, ਹੋਰ ਲਾ ਲਓ ਤੁਸੀਂ ਜਿਹੜਾ ਹੈਗਾ ਇਹ ਸੋਨਾਲੀਕਾ, ਇਹਦੇ ਵੀ ਸ਼ਾਇਦ 2200 ਰੇਟਿਡ ਆਰ ਪੀ ਐੱਮ ਹੈ। ਬਾਕੀ ਜੋਨਡੀਅਰ ਦੇ 2100 ਰੇਟਿਡ ਹੈ, ਇਹਦੇ 2000 ਰੇਟਿਡ ਹੈ 575 ਦੇ। ਮਹਿੰਦਰਾ ਦਾ ਜਿਹੜਾ 605 ਆਉਂਦਾ ਉਹਦੇ 2100 ਰੇਟਿਡ ਹੈ, ਠੀਕ ਹੈ। ਐਂ ਹਰ ਇੱਕ ਟਰੈਕਟਰ ਦਾ ਨਾ ਆਪਦਾ ਅਲੱਗ ਇੱਕ ਰੁਤਬਾ ਹੈ, ਅਲੱਗ ਇੱਕ ਆਰ ਪੀ ਐੱਮ ਹੈ, ਅਲੱਗ ਇੱਕ ਰੁਤਬਾ। ਹੁਣ ਮਹਿੰਦਰਾ 605 ਦੀ ਆਪਾਂ ਗੱਲ ਕਰ ਲਈਏ, ਜਿਹੜਾ ਸਪੈਸ਼ਲ ਟਰਾਲੇ ਵਾਸਤੇ ਬਣਾਇਆ ਇਹਨਾਂ ਨੇ ਟਰੈਕਟਰ, ਤਾਂ ਉਹ ਟਰੈਕਟਰ ਦੇ ਵਿੱਚ 2100 ਰੇਟਿਡ ਆਰ ਪੀ ਐੱਮ ਕਿਉਂ ਰੱਖੇ ਕੰਪਨੀ ਨੇ, ਉਹ ਵੀ ਸਮਝ ਲੈਂਦੇ ਹਾਂ। ਦੇਖੋ 2100 ਰੇਟਿਡ ਆਰ ਪੀ ਐੱਮ ਰੱਖਣ ਦਾ ਉਹਦੇ 'ਚ ਕੰਪਨੀ ਦਾ ਮੇਨ ਮੋਟਿਵ ਕੀ ਸੀ, ਕੰਪਨੀ ਨੂੰ ਟਰੈਕਟਰ ਇੱਕ ਇਹੋ ਜਿਹਾ ਚਾਹੀਦਾ ਸੀ, ਇੰਜਨ ਤਾਂ ਮਹਿੰਦਰਾ ਦੇ ਸੀ ਪਰ ਟਰਾਲੇ 'ਤੇ ਵੀ ਚੱਲਣਾ ਸੀ, ਟਰੈਕਟਰ ਨੇ ਖੇਤੀ ਵੀ ਕਰਨੀ ਸੀ, ਤਾਂ ਇੱਕ ਬੜਕ ਵਾਲਾ ਟਰੈਕਟਰ ਚਾਹੀਦਾ ਸੀ, ਮਤਲਬ ਸ਼ੋਰ ਸ਼ਰਾਬੇ ਵਾਲਾ, ਮਤਲਬ ਜਿਹਨੂੰ ਕਹਿ ਦਿੰਦੇ ਆ ਨਾ ਇੱਕ ਫੁੱਲ ਆਫ ਐਨਰਜੀ, ਉਹ ਟਰੈਕਟਰ ਚਾਹੀਦਾ ਸੀ ਆਪਾਂ ਨੂੰ। ਤਾਂ ਉਹ ਟਰੈਕਟਰ ਥੋੜ੍ਹੇ ਜਿਹੇ ਚੱਕਰ ਜਦੋਂ ਆਪਾਂ ਵਧਾਵਾਂਗੇ ਇੰਜਨ ਦੇ ਤਾਂ ਹੀ ਆਪਾਂ ਨੂੰ ਜੋਸ਼ ਫੁਰਤੀ ਵਾਲਾ ਟਰੈਕਟਰ ਮਿਲੂਗਾ। ਕਾਫੀ ਵਾਰੀ ਮੈਂ ਆਪਦੀ ਵੀਡੀਓ ਦੇ ਵਿੱਚ ਕਿਹਾ ਵੀ ਹੈ ਵੀ ਜੋਨਡੀਅਰ 52 ਦਾ ਸਾ ਜਿਹੜਾ ਉਹ ਮੰਨ ਕੇ ਚੱਲੋ ਵੀ ਬਹੁਤ ਚੁਸਤੀ ਫੁਰਤੀ ਵਾਲਾ ਟਰੈਕਟਰ ਹੈ, ਚੁਸਤੀ ਫੁਰਤੀ ਵਾਲਾ। ਮੈਂ ਉਹਨੂੰ ਤਾਂ ਕਿਹਾ ਚੁਸਤੀ ਫੁਰਤੀ ਵਾਲਾ ਕਹਿਣ ਦੇ ਪਿੱਛੇ ਮੇਰਾ ਕੋਈ ਉਹਦੀ ਕੰਪਨੀ ਦੀ ਪ੍ਰਮੋਸ਼ਨ ਕਰਨਾ ਮੋਟਿਵ ਨਹੀਂ ਹੈ। ਤਾਂ ਮੈਂ ਤੁਹਾਨੂੰ ਕਾਫੀ ਵਾਰੀ ਪਹਿਲਾਂ ਵੀ ਕਿਹਾ ਜਿਹੜੀ ਆਪਣੀ ਵੀਡੀਓ ਦੇ ਵਿੱਚ ਗੱਲ ਆਊਗੀ ਉਹ ਤੱਥਾਂ ਦੇ ਆਧਾਰ 'ਤੇ ਕੀਤੀ ਹੋਈ ਗੱਲ ਹੋਊਗੀ, ਕੋਈ ਫਜ਼ੂਲ ਗੱਲ ਨਹੀਂ ਤੁਹਾਨੂੰ ਮਿਲੂਗੀ। ਮਤਲਬ 2100 ਰੇਟਿਡ ਆਰ ਪੀ ਐੱਮ ਟਰੈਕਟਰ ਹੈ ਉਹ, 2100 ਰੇਟਿਡ ਆਰ ਪੀ ਐੱਮ ਜਿਹੜਾ ਟਰੈਕਟਰ ਹੁੰਦਾ ਉਹ ਮਤਲਬ ਕਿ ਥੋੜ੍ਹਾ ਜਿਹਾ ਮਤਲਬ ਕਿ ਫਿਊਲ ਕੰਜਪਸ਼ਨ ਥੋੜ੍ਹੀ ਜਿਹੀ ਉਹਦੀ ਜ਼ਿਆਦਾ ਹੁੰਦੀ ਆ ਅਤੇ ਚੁਸਤੀ ਫੁਰਤੀ ਦੀ ਉਹਦੇ 'ਚ ਕੋਈ ਕਮੀ ਨਹੀਂ ਹੁੰਦੀ। ਤਾਂ ਹੀ ਮੈਂ ਉਹਨੂੰ 5210 ਨੂੰ ਜਿਹੜਾ ਕਹਿਣਾ ਵੀ ਚੁਸਤੀ ਫੁਰਤੀ ਵਾਲਾ ਟਰੈਕਟਰ ਹੈ। ਹੁਣ ਇਹ ਜਿਹੜੇ ਟਰੈਕਟਰ ਹੈ ਇਹ ਮੰਨ ਕੇ ਚੱਲੋ 1900 ਰੇਟਿਡ ਹੋ ਗਏ, 2000 ਰੇਟਿਡ ਹੋ ਗਏ, ਠੀਕ ਹੈ। ਇਹ ਜਿੰਨੇ ਵੀ ਟਰੈਕਟਰ ਹੈ ਇਹ ਸਾਰੇ ਠੰਡੇ ਮੱਤੇ ਦੇ, ਠੰਡੇ ਸੁਭਾਅ ਦੇ ਟਰੈਕਟਰ ਹੈ, ਚਾਹੇ ਇਹਦੇ 'ਚ ਮੇਸੀ ਹੋਵੇ, ਚਾਹੇ ਮਹਿੰਦਰਾ 575 ਹੋਵੇ, ਚਾਹੇ ਮਹਿੰਦਰਾ 585 ਹੋਵੇ। ਤਾਂ ਹੀ ਇਹਨਾਂ ਦੇ ਵਿਕਣ ਦਾ ਕਾਰਨ ਵੀ ਇਹੀ ਹੈ, ਠੀਕ ਹੈ। ਅਗਰ ਮੈਂ ਇਹਦੀ ਗੱਲ ਕਰ ਲਾਂ ਥੋੜ੍ਹੀ ਜਿਹੀ ਇੰਜਨ ਸਪੈਸੀਫਿਕੇਸ਼ਨ ਦੀ, ਤਾਂ ਇੰਜਨ ਸਪੈਸੀਫਿਕੇਸ਼ਨ ਦੀ ਵੀਰੇ ਇਹ ਦੇਖ ਸਕਦੇ ਹੋ ਤੁਸੀਂ, 4 ਸਿਲੰਡਰ ਦੇ ਨਾਲ ਆਉਂਦਾ, ਇਹਦੇ ਵਿੱਚ 2800 ਸੀਸੀ ਇੰਜਨ ਆਉਂਦਾ, ਮਤਲਬ ਕਿ 2779 ਸੀਸੀ ਇੰਜਨ ਹੈ ਇਹਦੇ ਵਿੱਚ। ਐਗਜ਼ੈਕਟ ਫਿਗਰ ਦੇ ਵਿੱਚ ਅਗਰ 47 ਐਚ ਪੀ ਦੇ ਵਿੱਚ ਇਹ ਟਰੈਕਟਰ ਆਉਂਦਾ, ਔਰ ਇਹਦਾ ਜਿਹੜਾ ਟਰਨਿੰਗ ਰੇਡੀਅਸ ਹੈ ਇਹ ਦੇਖ ਸਕਦੇ ਹੋ ਤੁਸੀਂ, ਕੰਪਨੀ ਨੇ ਇਹ ਟਰੈਕਟਰ ਏਸੇ ਵਾਸਤੇ ਡਿਜ਼ਾਈਨ ਕੀਤਾ ਵੀ ਇਹਦਾ ਜਿਹੜਾ ਐਕਸਲ ਹੈ ਅਗਲਾ ਉਹ ਬੈਂਡ ਕੀਤਾ ਹੋਇਆ, ਮਤਲਬ ਕਿ ਜਿੰਨਾ ਟਰਨਿੰਗ ਰੇਡੀਅਸ ਘਟੂਗਾ ਉਨਾ
ਘੱਟ ਜਗ੍ਹਾ 'ਚੋਂ ਟਰੈਕਟਰ ਮੁੜ ਜਾਂਦਾ, ਮਤਲਬ ਇਹਦਾ ਟਰਨਿੰਗ ਰੇਡੀਅਸ ਹੈ 3260 mm। ਇਹਦੇ ਵਿੱਚ ਐਕਸਲ ਯੂਜ਼ ਕਰਨ ਦਾ ਕੰਪਨੀ ਦਾ ਇੱਕੋ ਮਕਸਦ ਹੈ ਵੀ ਥੋੜ੍ਹੀ ਜਗ੍ਹਾ 'ਚ ਜਿਹੜਾ ਟਰੈਕਟਰ ਆ ਉਹ ਮੁੜ ਜੂਗਾ। ਡੂਅਲ ਐਕਟਿੰਗ ਪਾਵਰ ਸਟੇਅਰਿੰਗ ਦੇ ਨਾਲ ਇਹ ਆਉਂਦਾ, ਔਰ ਜਿਵੇਂ ਸਪਲੈਂਡਰ ਵਿਕਦਾ ਉਵੇਂ ਇਹ ਟਰੈਕਟਰ ਵਿਕਦਾ। ਇਹ ਸੈਂਟਰ ਗੇਅਰ ਦੇ ਵਿੱਚ ਆ ਜਾਂਦਾ, 8+2 ਦਾ ਸੈਟਅਪ ਇਹਦੇ ਵਿੱਚ ਦੇਖਣ ਨੂੰ ਤੁਹਾਨੂੰ ਮਿਲ ਜੂਗਾ। ਔਰ ਇੱਕ ਇਹਦੇ ਵਿੱਚ ਹੋਰ ਗੱਲ ਆ, ਡੂਅਲ ਕਲੱਚ, ਡੂਅਲ ਕਲੱਚ ਦੀ ਬੈਜਿੰਗ ਤੁਸੀਂ ਦੇਖ ਸਕਦੇ ਹੋ, ਮਤਲਬ ਇੱਕ ਸਿੰਗਲ ਕਲੱਚ ਨਹੀਂ ਹੈਗਾ, ਇਹ ਡੂਅਲ ਕਲੱਚ ਹੈ। ਡੂਅਲ ਕਲੱਚ ਦਾ ਮਤਲਬ ਹੈ ਵੀ PTO ਦਾ ਅੱਡ ਕਲੱਚ ਹੈ, ਇਹ ਅੱਡ ਕਲੱਚ ਹੈ। ਉਹ ਸਿੰਗਲ ਕਲੱਚ ਕੀ ਹੁੰਦਾ ਸੀ, ਇੱਕੋ ਕਲੱਚ ਤੋਂ ਜਿਵੇਂ ਜੋਨਡੀਅਰ ਦਾ 52 ਆਇਆ ਨਵਾਂ, ਉਹ ਤੇਲ ਵਾਲੇ ਕਲੱਚ 'ਚ ਹੈ, ਤੇਲ ਵਾਲੇ ਕਲੱਚ 'ਚ ਹੈ, ਅਤੇ ਉਹਦੇ ਵਿੱਚ ਸਿੰਗਲ ਕਲੱਚ ਦਿੱਤਾ ਕੰਪਨੀ ਨੇ। ਉਹ ਹੁਣ ਮੈਨੂੰ ਨਹੀਂ ਪਤਾ ਵੀ ਕੰਪਨੀ ਦੀ ਕੀ ਥਿਊਰੀ ਆ ਉਹਦੇ ਪਿੱਛੇ। ਮੈਂ ਤੁਹਾਨੂੰ ਇਹ ਸਮਝਾਉਣਾ ਚਾਹੁੰਦਾ ਵੀ ਸਿੰਗਲ ਕਲੱਚ ਦੇ ਵਿੱਚ ਜਿਹੜਾ ਟਰੈਕਟਰ ਹੈ ਉਹ 52-10 ਪਰਮਾ ਕਲੱਚ ਦੇ ਵਿੱਚ ਹੈ, ਮਤਲਬ ਉਹਦੇ ਵਿੱਚ ਇੱਕੋ ਹੀ ਕਲੱਚ ਤੋਂ ਗੇਅਰ ਪੈਂਦੇ ਅਤੇ ਇੱਕੋ ਹੀ ਕਲੱਚ ਤੋਂ PTO ਚੱਲਦੀ ਹੈ, ਠੀਕ ਹੈ। ਆਹ ਡਿਸਟ੍ਰੀਬਿਊਟਰ ਦਾ ਇਹਦਾ ਦੇ ਤਾ ਪ੍ਰੈਸ਼ਰ ਡਿਸਟ੍ਰੀਬਿਊਟਰ ਦਾ, ਡੂਅਲ ਇਹਦੇ ਵਿੱਚ ਡਿਸਟ੍ਰੀਬਿਊਟਰ ਲੱਗੇ ਹੋਏ ਆ ਪ੍ਰੈਸ਼ਰ ਟਰਾਲੀ ਵਾਸਤੇ। ਅਤੇ ਹੋਰ ਐਮਟੈਕ ਇਹਦੇ ਵਿੱਚ ਤੁਹਾਨੂੰ ਲਿਫਟ ਮਿਲ ਜਾਂਦੀ ਹੈ, ਐਮਟੈਕ ਸੈਸਿੰਗ ਵਾਲੀ, ਮਤਲਬ ਕਾਫੀ ਅੱਛੀ ਲਿਫਟ ਹੈ ਜੋ ਕਿ ਕਾਫੀ ਅੱਛੀ ਸੈਂਸਿੰਗ ਕਰਕੇ ਦਿੰਦੀ ਹੈ। ਅਤੇ ਫੋਰਡ ਵਾਲਾ ਤੁਹਾਨੂੰ ਪਿਛਲਾ ਹਿੱਸਾ ਮਿਲ ਜਾਂਦਾ ਜਿਹਦੇ ਨਾਲ ਕਿ ਤੁਹਾਨੂੰ ਟਰੈਕਟਰ ਹੈ ਜਿਹੜਾ ਉਹ ਮੰਨ ਕੇ ਚੱਲੋ ਵੀ ਟਰਾਲੇ ਵਗੈਰਾ 'ਤੇ ਵੀ ਬਹੁਤ ਵਧੀਆ। ਤੁਸੀਂ ਕਾਫੀ ਵਾਰੀ ਦੇਖਿਆ ਹੋਣਾ UP 'ਚ ਗੰਨੇ ਵਗੈਰਾ ਦੀ ਖੇਤੀ ਹੁੰਦੀ ਹੈ, ਅਤੇ ਗੰਨੇ ਵਗੈਰਾ ਦੀ ਖੇਤੀ ਵਾਸਤੇ ਇਹ ਟਰੈਕਟਰ ਮਤਲਬ ਟਰਾਲਾ ਖਿੱਚਣ ਵਾਸਤੇ ਬੈਸਟ ਮੰਨਿਆ ਜਾਂਦਾ 575, ਕਿਉਂਕਿ ਤੇਲ ਦਾ ਖਰਚਾ ਇਹਦਾ ਜਿਹੜਾ ਹੈਗਾ ਬਹੁਤ ਜਾਇਜ਼ ਹੈ। ਜਿਹੜੇ ਇਹਦੇ ਵਿੱਚ 585 ਅਤੇ 500 ਮਾਡਲ ਆਉਂਦੇ ਆ ਵੱਡੇ, 585-595, ਉਹਨਾਂ ਦਾ ਜਿਹੜਾ ਇੰਜਨ ਹੈ ਉਹ ਹੈਗਾ 3054 CC 4 ਸਿਲੰਡਰ ਦੇ ਨਾਲ। ਇਹਦਾ ਇੰਜਨ ਵੀ ਥੋੜ੍ਹਾ ਛੋਟਾ ਆ ਜਾਂਦਾ, 47 HP ਦੇ ਵਿੱਚ ਇਹ ਟਰੈਕਟਰ ਆ ਜਾਂਦਾ। ਬਾਕੀ ਇਹ ਕੁਛ ਇਹਦੀਆਂ ਸਪੈਸ਼ਲਟੀਆਂ ਸੀਗੀਆਂ ਜਿਹੜੀਆਂ ਮੈਂ ਤੁਹਾਨੂੰ ਇਹਦੇ ਵੀਡੀਓ ਦੇ ਵਿੱਚ ਕਵਰ ਕਰ ਲਈਆਂ। ਅਤੇ ਬੈਕ ਟੂ ਟੋਪਿਕ, ਆਪਣਾ ਟੋਪਿਕ ਇਹ ਸੀਗਾ ਵੀ ਇੰਜਨ ਰੇਟਿਡ RPM ਕੀ ਹੈ। ਤਾਂ ਇੰਜਨ ਰੇਟਿਡ RPM ਤਾਂ ਹੀ ਕਰਕੇ ਜਿਹੜੇ ਆਪਣੇ ਬਜ਼ੁਰਗ ਸੀ, ਮਚਿਓਰ ਬੰਦੇ ਸੀ, ਉਹ ਇਹਨਾਂ ਟਰੈਕਟਰਾਂ ਦੇ ਵੱਲ ਥੋੜ੍ਹਾ ਜ਼ਿਆਦਾ ਅਟਰੈਕਟ ਹੁੰਦੇ ਸੀ। ਅਟਰੈਕਟ ਕੀ ਹੁੰਦੇ ਸੀ ਯਾਰ, ਉਹ ਜਿਹੜੀ ਮਤਲਬ ਹੁਣ ਟਰੈਕਟਰ ਲੈਣ ਨੂੰ ਤਾਂ ਕੋਈ ਵੀ ਲੈ ਲਏ, ਪਰ ਜਿਹੜਾ ਟਰੈਕਟਰ ਤੇਲ ਦਾ ਖਰਚਾ ਘੱਟ ਹੈ, ਜਿਹਦਾ ਤੇਲ ਦਾ ਖਰਚਾ ਘੱਟ ਹੈ ਅਤੇ ਇੰਜਨ ਰੇਟਿਡ RPM ਜਿਹਦੇ ਘੱਟ ਹੈ, ਤਾਂ ਉਹੀ ਗੱਲ ਹੋ ਗਈ, ਜਿੰਨੇ ਇੰਜਨ ਰੇਟਿਡ RPM ਘੱਟ ਹੋਣਗੇ ਉਹਨਾਂ ਤੇਲ ਦਾ ਖਰਚਾ ਘੱਟ ਹੋਊਗਾ, ਅਤੇ ਉਹਨਾਂ ਜ਼ਿਆਦਾ ਕਿਸਾਨ ਨੂੰ ਟਰੈਕਟਰ ਹੈ ਜਿਹੜਾ ਉਹ ਆਪਦਾ ਮਤਲਬ ਆਪਦੀ ਖੇਤੀ ਕਰਨ 'ਚ ਜਾਂ ਆਪਦਾ ਫੈਮਿਲੀ ਮੈਂਬਰ ਕਹਿਣ 'ਚ ਉਹਨੂੰ ਜ਼ਿਆਦਾ ਸੁਖਾਲਤ ਹੋ ਜਾਂਦੀ ਹੈ, ਠੀਕ ਹੈ। ਇਹ ਸੀ ਆਪਣਾ ਟੋਪਿਕ ਅੱਜ ਦਾ ਵੀ ਇੰਜਨ ਰੇਟਿਡ RPM ਜਿਹੜੇ ਹੈਗੇ ਆ ਉਹ ਕਿਵੇਂ ਕੰਮ ਕਰਦੇ ਆ। ਕਾਫੀ ਸਾਰੇ ਵੀਰਾਂ ਨੂੰ ਜਿਹੜੇ ਹੈਗੇ ਆ ਇੰਜਨ ਰੇਟਿਡ RPM ਦੇ ਬਾਰੇ ਨੌਲੇਜ ਨਹੀਂ ਹੈਗੀ, ਤਾਂ ਕੋਈ ਵੀ ਇੰਜਨ ਹੈ ਜਦੋਂ ਉਹ ਪਾਸ ਹੋਣ ਜਾਂਦਾ ਕਿਸੇ ਵੀ ਕੰਪਨੀ ਦਾ, ਚਾਹੇ ਉਹ ਜਨਰੇਟਰ ਦਾ ਇੰਜਨ ਹੈ, ਚਾਹੇ ਉਹ ਟਰੈਕਟਰ ਦਾ ਇੰਜਨ ਹੈ, ਜਿਹੜਾ ਵੀ ਇੰਜਨ ਪਾਸ ਹੋ ਕੇ ਆਊਗਾ ਕੰਪਨੀ ਤੋਂ, ਤਾਂ ਕੰਪਨੀ ਨੂੰ ਉਹਦੀ ਫੁੱਲ ਡਿਟੇਲ ਦੇਣੀ ਪਊਗੀ ਵੀ ਇਹ ਇੰਜਨ ਦੀ ਕੀ ਡਿਟੇਲ ਹੈ, ਕਿੰਨੇ ਚੱਕਰਾਂ 'ਤੇ ਜਾ ਕੇ ਇਹ ਮੈਕਸੀਮਮ ਪਾਵਰ ਪ੍ਰੋਡਿਊਸ ਕਰਦਾ, ਕਿੰਨੇ ਚੱਕਰਾਂ 'ਤੇ ਜਾ ਕੇ ਇਹਦੀ ਜਿਹੜੀ ਪਾਵਰ ਆ ਉਹ ਘੱਟ ਜਾਂਦੀ ਆ। ਤਾਂ ਆਪਾਂ ਇੱਕ ਵੀਡੀਓ ਸਪੈਸ਼ਲ ਬਣਾਈ ਵੀ ਹੋਈ ਆ, ਇੱਕ ਵਾਰੀ ਫੇਰ ਬਣਾ ਦਾਂਗੇ ਤੁਹਾਡੇ ਵਾਸਤੇ। ਤਾਂ ਟਰੈਕਟਰ ਹੈ ਜਿਹੜੇ ਉਹ ਬੁਧਨੀ ਤੋਂ ਪਾਸ ਹੋ ਕੇ ਆਉਂਦੇ ਆ, ਤਾਂ
ਅੱਜ ਦੇ ਟਾਈਮ 'ਚ ਜਿਹੜੇ ਕਿਸਾਨ ਆ ਉਹਨਾਂ ਕੋਲ ਗੋਲਡਨ ਪੀਰੀਅਡ ਹੈ ਆਪਦਾ, ਮਤਲਬ ਕਿ ਕੰਪਨੀ ਨੂੰ ਇੱਕ ਵੱਡੇ ਇੰਜਨ ਵਾਲਾ ਮੰਨ ਕੇ ਚੱਲੋ, ਫਾਰਮ ਟਰੈਕ 60 ਹੈ, 3682 ਸੀਸੀ ਕੁਛ ਸੀਸੀ ਆਉਂਦੀ ਆ ਉਹਦੇ ਵਿੱਚ, ਔਰ ਮਹਿੰਦਰਾ ਦਾ ਲਾ ਲਓ ਤੁਸੀਂ 605 ਹੈ, ਉਹਦੇ ਵਿੱਚ 3532 ਸੀਸੀ ਆਉਂਦੀ ਆ। ਠੀਕ ਹੈ, ਐਡੇ ਵੱਡੇ ਵੱਡੇ ਇੰਜਨ ਵਾਲੇ ਜਿਹੜੇ ਟਰੈਕਟਰ ਹੈ ਕੰਪਨੀ ਨੂੰ, ਉਹ ਥੋੜ੍ਹੇ 'ਚ ਪਾਸ ਕਰਾ ਕੇ ਕਿਵੇਂ ਕਿਸਾਨਾਂ ਵਾਸਤੇ ਚੰਗਾ ਪੀਰੀਅਡ, ਟਾਈਮ ਪੀਰੀਅਡ ਜਿਹੜਾ ਗੋਲਡਨ ਟਾਈਮ ਪੀਰੀਅਡ ਚੱਲ ਰਿਹਾ, ਤਾਂ ਆਉਣ ਵਾਲੇ 4 ਜਾਂ 6 ਮਹੀਨਿਆਂ 'ਚ ਜਦੋਂ ਐਮੀਸ਼ਨ ਨੋਮਸ ਨਵੇਂ ਆਏ, ਸਰਕਾਰ ਨੇ ਰੂਲ ਚੇਂਜ ਕੀਤੇ, ਤਾਂ ਸਾਰੇ ਟਰੈਕਟਰ ਜਿਹੜੇ ਤੁਹਾਨੂੰ CRDI ਦੇਖਣ ਨੂੰ ਮਿਲ ਜਾਣਗੇ। ਤਾਂ ਉਦੋਂ ਪਹਿਲਾਂ ਅਗਰ ਤੁਸੀਂ ਟਰੈਕਟਰ ਲੈਣ ਦੇ ਇੱਛੁਕ ਹੋ ਤਾਂ ਤੁਸੀਂ ਟਰੈਕਟਰ ਲੈ ਸਕਦੇ ਹੋ। ਇਹ ਟਰੈਕਟਰ ਜਿਹੜਾ, ਇਹ ਵਲੋਗ ਸੀ ਜਿਹੜਾ ਆਪਣਾ, ਇਹ ਇੰਜਨ ਰੇਟਿਡ RPM 'ਤੇ ਸੀਗਾ ਪੂਰਾ ਦਾ ਪੂਰਾ, ਵੀ ਇੰਜਨ ਰੇਟਿਡ RPM ਕਿਵੇਂ ਕੰਮ ਕਰਦਾ, ਉਹ ਵਲੋਗ ਤੁਹਾਨੂੰ ਆਉਣ ਵਾਲੇ ਟਾਈਮ 'ਚ ਆਪਣੇ ਚੈਨਲ 'ਤੇ ਦੇਖਣ ਨੂੰ ਮਿਲ ਜੂਗਾ। ਬਾਕੀ ਅਗਰ ਕਿਸੇ ਮੇਰੇ ਵੀਰ ਨੇ ਜਾਣਕਾਰੀ ਲੈਣੀ ਆ ਉਸ ਵਲੋਗ ਬਾਰੇ, ਵੀ ਕਿਵੇਂ 60 HP ਦੇ 65 HP ਦੇ ਟਰੈਕਟਰ ਨੂੰ ਕੰਪਨੀਆਂ 50 HP 'ਚ ਪਾਸ ਕਰਾ ਕੇ ਤੁਹਾਨੂੰ ਤੁਹਾਡਾ ਫਾਇਦਾ ਕਰ ਰਹੀਆਂ ਅੱਜ ਦੇ ਟਾਈਮ 'ਚ ਜੇ ਕਹਿ ਲਈਏ ਤਾਂ, ਉਹ ਵਲੋਗ ਆਪਣੇ ਚੈਨਲ 'ਤੇ ਪਿਆ ਵੀ ਹੋਇਆ, ਸੋਨਾਲੀਕਾ ਵਾਲੀ ਵੀਡੀਓ ਹੈ, ਔਰ ਕੈਪਸ਼ਨ ਵੀ ਉਹਦਾ ਇਹ ਲਿਖਿਆ ਹੋਇਆ ਵੀ 65 HP ਦੇ ਟਰੈਕਟਰ ਨੂੰ 60 HP ਜਾਂ 50 HP ਦੇ ਵਿੱਚ ਪਾਸ ਕਰਵਾ ਕੇ ਉਹ ਤੁਹਾਨੂੰ ਕੰਪਨੀਆਂ ਕਿਵੇਂ ਅਵੇਲੇਬਲ ਕਰਾ ਕੇ ਦੇ ਰਹੀਆਂ। ਠੀਕ ਹੈ, ਇਹ ਸੀ ਅੱਜ ਦਾ ਵਲੋਗ ਆਪਣਾ, ਵੀ ਕਿਵੇਂ ਕੰਪਨੀਆਂ ਕੰਮ ਕਰਦੀਆਂ ਅਤੇ ਕਿਹੜੇ ਜਿਹੜੇ ਟਰੈਕਟਰ ਹੈ ਉਹ ਮਤਲਬ ਕਿ ਲੋਅ ਰੇਟਿਡ ਹੈ ਅਤੇ ਕਿਹੜੇ ਜਿਹੜੇ ਹੈਗੇ ਆ ਉਹ ਹਾਈ ਰੇਟਿਡ ਹੈ। ਤਾਂ ਉਮੀਦ ਕਰਦਾ ਤੁਹਾਨੂੰ ਵਲੋਗ ਵਧੀਆ ਲੱਗਿਆ ਹੋਊਗਾ। ਥੈਂਕ ਯੂ ਫੋਰ ਵਾਚਿੰਗ ਮਸ਼ੀਨਰੀ ਮਹਿਕਮਾ। ਬਾਹਰ ਧੁੱਪ ਹੈ ਬਹੁਤ ਜ਼ਿਆਦਾ, ਤਾਂ ਕਰਕੇ ਮੈਂ ਸੋਚਿਆ ਵੀ ਇਹ ਵਲੋਗ ਹੈ ਜਿਹੜਾ ਆਪਣਾ, ਇਹ ਆਪਣਾ ਛਾਂ ਦੇ ਵਿੱਚ ਸ਼ੂਟ ਕੀਤਾ ਜਾਵੇ। ਤਾਂ ਥੈਂਕ ਯੂ ਫੋਰ ਵਾਚਿੰਗ ਮਸ਼ੀਨਰੀ ਮਹਿਕਮਾ, ਜੁੜੇ ਰਹੋ ਮਸ਼ੀਨਰੀ ਮਹਿਕਮਾ ਦੇ ਨਾਲ। ਥੈਂਕ ਯੂ ਬਾਈ, ਔਰ ਦੱਸਿਆ ਕਰੋ ਕੰਟੈਂਟ ਵੀ ਤੁਹਾਨੂੰ ਕਿਸ ਕੰਟੈਂਟ ਦੇ ਉੱਤੇ ਵੀਡੀਓ ਚਾਹੀਦੀ ਹੈ, ਕਿਸ ਟਰੈਕਟਰ ਦੇ ਉੱਤੇ ਵੀਡੀਓ ਦੇਖਣੀ ਚਾਹੁੰਦੇ ਹੋ। ਥੈਂਕ ਯੂ ਜੀ।